ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਭ ਸੰਗਤਾਂ ਨੂੰ। ਅੱਜ ਲਾਈਵ ਹੋਣ ਦਾ ਮੇਨ ਮਕਸਦ ਕਿ ਸਾਡੇ ਹਰੀਕੇ ਪੱਤਨ ਵਿੱਚ ਇੱਕ ਮਾਤਾ ਜੀ ਜਿਹੜੇ ਗਰੀਬ ਘਰ ਦੇ ਨਾਲ ਸੰਬੰਧ ਰੱਖਦੇ ਨੇ ਅਤੇ ਉਹਨਾਂ ਦੇ ਪਤੀ ਬੇਟਾ ਜੀ ਗੁਜ਼ਰ ਗਏ ਨੇ ਅਤੇ ਆਰਥਿਕ ਤੌਰ 'ਤੇ ਕਾਫੀ ਕਮਜ਼ੋਰ ਨੇ ਅਤੇ ਅੱਜ ਹਰੀਕੇ ਭਲਾਈ ਸੰਸਥਾ, ਬਾਬਾ ਜੀਵਨ ਸਿੰਘ ਹਰੀਕੇ ਭਲਾਈ ਸੰਸਥਾ ਅਤੇ ਸਰਿਆਲੀ ਜਗਦੰਬੇ ਅਤੇ ਭਾਈ ਘਨੱਈਆ ਜੀ ਵੱਲੋਂ ਬਾਥਰੂਮ ਅਤੇ ਫਲੱਸ਼ ਦੀ ਉਸਾਰੀ ਹੋ ਰਹੀ ਆ ਕਿ ਸਾਡੇ ਸਭ ਵੀਰਾਂ ਨੇ ਜਿਹੜੇ ਭਲਾਈ ਸੰਸਥਾ ਦੇ ਨਾਲ ਜੁੜੇ ਨੇ ਉਹਨਾਂ ਸਾਰਿਆਂ ਨੇ ਇਸ ਉਸਾਰੀ ਦੇ ਵਿੱਚ ਆਪਣਾ ਵੱਧ ਚੜ ਕੇ ਹਿੱਸਾ ਪਾਇਆ ਹੈ। ਆਹ ਤੁਸੀਂ ਘਰ ਦੀ ਜਿਹੜੀ ਕੰਡੀਸ਼ਨ ਉਹ ਵੀ ਵੇਖ ਸਕਦੇ ਹੋ ਕਿ ਘਰ ਦੀ ਹਾਲਾਤ ਕਿੱਦਾਂ ਦੀ ਆ। ਅਤੇ ਇਸ ਤੋਂ ਬਾਅਦ ਅਸੀਂ ਮਤਲਬ ਵੀ ਪ੍ਰਸ਼ਾਸਨ ਨੂੰ ਵੀ ਕਿਹਾ, ਸਰਕਾਰਾਂ ਨੂੰ ਵੀ ਥੋੜ੍ਹੀ ਬਹੁਤ ਇਹਨਾਂ ਦੀ ਮਦਦ ਕੀਤੀ ਜਾਵੇ, ਪਰ ਅਜੇ ਤੱਕ ਕੋਈ ਵੀ ਸਰਕਾਰ ਨੇ ਜਾਂ ਕਿਸੇ ਵੀ ਰਾਜਨੀਤਿਕ ਬੰਦੇ ਨੇ ਕਿਸੇ ਨੇ ਵੀ ਸਾਡੀ ਕੋਈ ਹੈਲਪ ਨਹੀਂ ਕੀਤੀ ਕਿ ਜੋ ਇਹਨਾਂ ਦੇ ਅਸੀਂ ਉਸਾਰੀ ਕਰਾ ਸਕੀਏ। ਅਤੇ ਬੜੇ ਚਿਰ ਦਾ ਇਹ ਮਾਤਾ ਜੀ ਕਹਿ ਰਹੀ ਕਿ ਸਾਡੇ ਇੱਧਰ ਬਾਥਰੂਮ ਫਲੱਸ਼ ਦਾ ਹੀ ਬਹੁਤ ਪ੍ਰੋਬਲਮ ਆ ਰਹੀ ਆ। ਉਹਨਾਂ ਦੇ ਇੱਕ ਘਰ ਧੀ ਵੀ ਇੱਕ ਜਵਾਨ ਆ ਅਤੇ ਉਹਦੇ ਕਰਕੇ ਨਾ ਥੋੜ੍ਹੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ। ਅਤੇ ਉਸੇ ਹੀ ਵਰਤਾਰੇ ਨੂੰ ਵੇਖਦੇ ਹੋਏ ਅੱਜ ਬਾਬਾ ਜੀਵਨ ਸਿੰਘ ਭਲਾਈ ਸੰਸਥਾ ਹਰੀਕੇ ਅਤੇ ਭਾਈ ਘਨੱਈਆ ਜੀ ਅਤੇ ਸਰਿਆਲੀ ਵੱਲੋਂ ਵੀ ਕੁਝ ਮਦਦ ਦਿੱਤੀ ਗਈ ਵੀਰਾਂ ਨੇ ਅਤੇ ਉਸਦੀ ਸਾਰੀ ਅੱਜ ਕਰ ਰਹੇ ਹਾਂ ਜੀ। ਆ ਤੁਹਾਡੇ ਸਾਹਮਣੇ ਅੱਜ ਮਿਸਤਰੀ ਲੱਗੇ ਆ, ਆ ਉਹਨਾਂ ਦੇ ਥੋੜ੍ਹਾ ਘਰ ਦੀ ਕੰਡੀਸ਼ਨ ਵੀ ਹੈਗੀ ਹੈ। ਅਤੇ ਤੁਹਾਨੂੰ ਮਾਤਾ ਜੀ ਨਾਲ ਵੀ ਗੱਲ ਕਰਾਉਂਦੇ ਹਾਂ। ਆਇਓ ਮੁੜੇ, ਹਾਂ ਤੁਸੀਂ ਘਰ ਦੀ ਹਾਲਾਤ ਵੇਖ ਸਕਦੇ ਹੋ। ਹਾਂ ਮਾਤਾ ਜੀ ਆ, ਮਾਤਾ ਜੀ ਤੁਹਾਡੇ ਕੋਈ ਸਰਕਾਰ ਵੱਲੋਂ ਵੀ ਕੋਈ ਮਿਲੀ ਕੋਈ ਸੁਵਿਧਾ? ਨਾ ਕੋਈ ਨਹੀਂ ਮਿਲੀ। ਕੋਈ ਕਿਤੇ ਗਏ ਸਰਕਾਰ ਵੱਲੋਂ ਕਹਿਣ ਕੋਣ ਕੋਈ ਵੀ ਕਿਸੇ ਨੂੰ? ਬੜੀ ਵਾਰੀ ਇਹ ਤੇ ਫਿਰ ਮਿਲੀ ਕੋਈ ਨਹੀਂ। ਅੱਛਾ, ਤੇ ਬਾਕੀ ਘਰ ਘੁਰ ਦਾ ਕੋਈ ਕਹਿੰਦੇ ਆ ਵੀ ਕੋਈ ਹੋਰ ਵੀ ਜੇ ਸਰਕਾਰ ਦੇ ਕੋਈ ਕਹਿਣਾ ਹੋਵੇ ਤੁਸੀਂ ਸਰਕਾਰ ਨੂੰ ਕਿ ਸਾਡਾ ਵੀ ਸੁਣੋ ਕੋਈ ਗੱਲਬਾਤ ਸਾਡੇ ਘਰ ਦੀ ਛੱਤ 'ਚ ਆਉਂਦੀ ਆ ਜਾਂ ਜਿੱਦਾਂ ਵੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਕਹੋ ਵੀ ਸਾਡਾ ਉਸ ਘਰ ਦੀ ਉਸਾਰੀ ਜਾਂ ਕਮਰਾ ਪਾ ਕੇ ਦਿਓ ਜਾਂ ਕਿੱਦਾਂ ਵੀ ਕਹਿਣਾ ਤਾਂ ਆਪਾਂ ਹੈਗਾ ਹੀ ਹੈ। ਹਾਂਜੀ ਹਾਂਜੀ, ਉਹਨਾਂ ਦੀ ਮਰਜ਼ੀ ਆ। ਨਹੀਂ ਕਹਿਣਾ ਤੁਹਾਡਾ ਫਰਜ਼ ਬਣਦਾ ਕਿਉਂਕਿ ਆਪਾਂ ਵੋਟਾਂ ਪਾਉਂਦੇ ਹਾਂ ਅਤੇ ਆਪਣਾ ਫਰਜ਼ ਬਣਦਾ ਕਿ ਇੱਕ ਵਾਰੀ ਉਹਨਾਂ ਨੂੰ ਕਹਿਣਾ ਪੈਂਦਾ ਹੈ ਕਿ ਸਾਡਾ ਸੁਣੋ, ਸਾਡੀ ਵੋਟਾਂ ਵੋਟਰ ਆ ਅਤੇ ਸਾਡੀ ਸੁਣਨੀ ਚਾਹੀਦੀ ਆ। ਅਤੇ ਉਹਦੇ ਥੋੜ੍ਹਾ ਵਾਧਾ ਤੁਸੀਂ ਕਹੋ ਕਿ ਮਤਲਬ ਵੀ ਸਰਕਾਰ ਸਾਡੀ ਸੁਣੇ, ਸਾਡੇ ਜਿਹੜੇ ਕਮਰੇ ਆ ਜਾਂ ਸਾਡੀ ਪੈਨਸ਼ਨ ਲੱਗ ਜਾਏ ਉਹਦੇ ਬਾਰੇ। ਪੈਨਸ਼ਨ ਵੀ ਨਾ ਬੱਚਿਆਂ ਦੀ ਆ ਅਤੇ ਨਾ ਮੇਰੀ ਆ। ਅੱਛਾ, ਉਹਨਾਂ ਦੇ ਪਿਓ ਨੂੰ ਵੀ 9 ਸਾਲ ਹੋ ਗਏ ਆ। ਅੱਛਾ, ਤੇ 95 ਦਾ ਮੇਰੇ ਘਰ ਵਾਲਾ ਵੀ ਪੂਰਾ ਹੋਇਆ। ਹਾਂਜੀ, ਤੇ ਸਾਡੀ ਪੈਨਸ਼ਨਾਂ ਵੀ ਨਹੀਂ ਲੱਗੀ, ਪੈਨਸ਼ਨ ਵੀ ਲੱਗੀ ਆ ਜੀ ਕਿਸੇ ਦੀ ਵੀ ਲੱਗੀ। ਹਾਂਜੀ, ਮਿਹਰਬਾਨੀ।
ਠੀਕ ਹੈ ਜੀ, ਆਹ ਸਾਰਾ ਤੁਸੀਂ ਵੇਖ ਰਹੇ ਹੋ ਉਸਾਰੀ ਹੋ ਰਹੀ ਹੈ। ਇਹ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਸ਼ਾਇਦ ਰੱਜਿਆਂ ਨੂੰ ਰਜਾਉਣ 'ਤੇ ਲੱਗੇ, ਹਲੇ ਗਰੀਬਾਂ ਤੱਕ ਪਹੁੰਚੇ ਨਹੀਂ ਹਜੇ। ਆਹ ਵੇਖ ਲਓ ਹਰੀਕੇ ਪੱਤਣ ਦੇ ਵਿੱਚ ਮਾਤਾ ਜੀ ਦਾ ਘਰ ਆ, ਜੋ ਬਹੁਤ ਹੀ ਆਰਥਿਕ ਮੰਦਹਾਲੀ ਨਾਲ ਗੁਜ਼ਰ ਰਹੇ ਨੇ। ਅਤੇ ਅੱਜ ਬਾਬਾ ਜੀਵਨ ਸਿੰਘ ਭਲਾਈ ਸੰਸਥਾ ਅਤੇ ਭਾਈ ਘਨੱਈਆ ਜੀ ਅਤੇ ਹੋਰ ਸਰਿਆਲੀ ਤੋਂ ਜਿਹੜੀ ਮਦਦ ਮਿਲੀ ਆ, ਅਤੇ ਕੋਈ ਵੀ ਵੀਰ ਭਰਾ ਜੇ ਕੋਈ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਮੈਂ ਸੁਖਵੀਰ ਮੁਹੱਬਤ ਹਰੀਕੇ ਤੋਂ, ਅਤੇ ਮੇਰਾ ਨੰਬਰ 77 078 12712। ਜੇ ਕਿਸੇ ਨੇ ਮਦਦ ਕਰਨੀ ਹੋਵੇ ਇਸ ਕੰਮ ਲਈ, ਕਿਉਂਕਿ ਇਸ ਤੋਂ ਵੱਡਾ ਕੋਈ ਹੋਰ ਦਾਣ ਨਹੀਂ ਹੈਗਾ ਜਿਹੜਾ ਵੀ ਇਸ ਕੰਮ ਲਈ ਆਉਣਾ ਚਾਹੀਦਾ ਅੱਗੇ, ਮਿਹਰਬਾਨੀ, ਥੈਂਕ ਯੂ।